चारों तरफ खुला है ना जी जी गर्मिया दे लोहे दे चादर दा सेक ते तां हुंदा है ना जिस टाइम बंद होवे जी कवर होवे ना एथे हवा क्रॉस हुंदी रहंदी है 24 घंटे ना ते ओदे थल्ले कोई गर्मी नहीं असी गर्मिया दे एथे चरपाई सों छा के बह जांदे आ ते बेहतरीन टेंपरेचर हुंदा क्योंकि वेखो मज्जां दे ते वास्ता रोज नहीं ते दुध पूरा करना अच्छा दुध गावां ही करदियां ने पूरा बस बंदे को जरा अपना होवे ना सिस्टम सेल करने दा गावां सारे नाल वधिया जिन्हों बिल्कुल पता नहीं ना जिन्हें सूट बूट पा के आके बह रहना जी ओने नुकसान ही करना ठीक हो गया जिन्हें नाल कोई हाथ थोड़े भन्नने ने फिर ओने बचा लेने जानवर अपने कई बंदे साडे नवे भरा शोक शोक नूं लैण देने पहला मझां गावां ना अगू बंदा हुंदा ना कोई सामने वास्ते ना कोई पट्ठे दा इंतजाम हुंदा है जी ठीक पता उन्हां नूं हुंदा नहीं पट्ठा पाणा है उन्हां नूं वंडा किन्ना पाणा है पट्ठे किन्ने की तरतीब की पाणी है जी जी उस वजह तों फिर नुकसान कर पैंदे ने अस्सलाम वालेकुम वालेकुम सलाम सर सब तों पहले अपना तारफ करवा दिओ जी सर शुएब लिहान मेरा नाम है ते बेसिकली असी शहीन चौक टिब्बी गोरियां दे रहण वाले हां असी इधर खोखर गरबी रकबा लिया ते इत्थे डेयरी फार्म बनाया ठीक हो गया माशाल्लाह जबरदस्त सर इस टाइम तुहाडे फार्म दे अंदर कितने जानवर मौजूद ने साडे फार्म दे अंदर इस टाइम 25-30 जानवर है ने सर अच्छा ठीक सर किस किस्म दे ना सर ओदे विच कोई साडे कोल गावां दे क्रॉस दियां फ्रीजियन क्रॉस दी अच्छा ते 7-8 गावां ने साडे कोल चार घर मझां ने बाकी को बच्चे ने साडे कोल बाकी को बच्चे ने उन्हां दे अच्छा सर जिहड़ियां तुसीं मझां रखियां ने ओह किस नस्ल दियां ने नस्ल ओना दे क्रॉस दी ने अच्छा समझो नीली रावी दी क्रॉस दी ने ठीक हो गया हां जी को प्योर नहीं पर दुध लो एवरेज दुध दी ठीक है ओना दी ये सर जिहड़ियां तुसीं गावां रखियां ने जी जी ये किस नस्ल दियां ने ते दूसरा दुध दे लिहाज नाल कैसियां ने ये सर असी कोई एक दो जिहड़ियां हुण परचेज कीतियां बाकी साडा कोई पहला डेयरी फार्म सी उत्थे गुजरात सिटी अच्छा ठीक ते उत्थों फिर साडी कोई असी अपनी ब्रीड तैयार कीती अच्छा थोड़ी ना ਉਹ ਬੀਜ ਅੱਛੇ ਰਹਾ ਕੇ ਜੀ ਜੀ ਅਸੀਂ ਗੁੱਡ ਰਿਜ਼ਲਟ ਲਏ ਆ ਤੇ ਉਹ ਸਾਡੇ ਕੋਲ ਕੋਕਾਰ ਦੀਆਂ ਬੱਚੀਆਂ ਨੇ ਜੀ ਤੇ ਸਮਝੋ ਫ੍ਰੀਜ਼ੀਅਨ ਕ੍ਰਾਸ ਦੀਆਂ ਨੇ ਕੋਈ ਸਾਈਵਾਲ ਫ੍ਰੀਜ਼ੀਅਨ ਕ੍ਰਾਸ ਦੀਆਂ ਨੇ ਕੋਈ ਜਰਸੀ ਫ੍ਰੀਜ਼ੀਅਨ ਕ੍ਰਾਸ ਦੀਆਂ ਨੇ ਠੀਕ ਹੋ ਗਿਆ ਇਹ ਵੀ ਇੱਥੇ ਦੇ ਮੌਸਮ ਦੇ ਲਿਹਾਜ਼ ਨਾਲ ਬਹੁਤ ਅੱਛੀਆਂ ਨੇ ਇਹ ਗਰਮੀ ਸ਼ਰਮੀ ਨਹੀਂ ਕਰਦੀਆਂ ਦੁੱਧ ਦੀ ਵੀ ਪੈਦਾਵਾਰ ਇਹਨਾਂ ਦੀ ਠੀਕ ਹੈ 5+ ਹੈ ਮਾਸ਼ਾਅੱਲਾ ਜ਼ਬਰਦਸਤ ਕਾਫੀ ਦੁੱਧ ਹੈ ਤੇ ਸਰ ਮੈਂ ਦੇਖ ਰਿਹਾ ਕਿ ਤੁਸੀਂ ਮਿਕਸ ਜਾਨਵਰ ਰੱਖੇ ਨਾ ਕੁਝ ਮੱਝਾਂ ਵਿੱਚ ਰੱਖੀਆਂ ਨੇ ਜ਼ਿਆਦਾ ਗਾਵਾਂ ਰੱਖੀਆਂ ਨੇ ਇਸ ਦੀ ਕੀ ਵਜ੍ਹਾ ਇਹ ਵਜ੍ਹਾ ਹੈ ਵੇ ਕਿ ਸਾਡੇ ਜਿਹੜੇ ਦੁੱਧੀ ਹਜ਼ਰਾਤ ਨੇ ਨਾ ਜੀ ਉਹ ਗਾਵਾਂ ਦਾ ਦੁੱਧ ਆਉਂਦੇ ਨੇ ਜੀ ਸਿਰਫ ਗਾਵਾਂ ਦਾ ਨਹੀਂ ਲੈ ਬੰਦੇ ਲੈਂਦੇ ਆ ਉਹ ਵਿੱਚ ਸਾਨੂੰ ਫਿਰ ਕੋਈ 50% ਕਰਕੇ ਨਾ ਸੇਲ ਕਰਨੇ ਦੀ ਵਜ੍ਹਾ ਤੁਸੀਂ ਨਾਲ ਮੱਝਾਂ ਰੱਖੀਆਂ ਨੇ ਪਰ ਅਸੀਂ ਬੇਸਿਕਲੀ ਮੱਝਾਂ ਦੇ ਹੱਕ 'ਚ ਨਹੀਂ ਹੈ ਠੀਕ ਅਸੀਂ ਗਾਵਾਂ ਦੇ ਸ਼ੌਕੀਨ ਆ ਵਿਅਕਤੀ ਗਾਵਾਂ ਦੇ ਨਾ ਜੀ ਅਸੀਂ ਗਾਵਾਂ ਅਸੀਂ ਆਉਂਦੇ ਹਾਂ ਰੱਖੀ ਪਰ ਸਾਨੂੰ ਜਿਹੜੇ ਦੁੱਧ ਦੇ ਨੇ ਦੁੱਧ ਸੇਲ ਕਰਨ ਵਿੱਚ ਸਾਨੂੰ ਥੋੜਾ ਜਿਹਾ ਮਸਲਾ ਹੁੰਦਾ ਅਸੀਂ ਸਰ ਤੁਹਾਡਾ ਸ਼ੈੱਡ ਵੀ ਮਾਸ਼ਾਅੱਲਾ ਦੇਖਿਆ ਤੇ ਤੁਸੀਂ ਕਾਫੀ ਖੂਬਸੂਰਤ ਸ਼ੈੱਡ ਬਣਾਏ ਹੈ ਤੇ ਸਰ ਇਸ ਸ਼ੈੱਡ ਦੀ ਲਾਗਤ ਕਿੰਨੀ ਆਈ ਸੀ ਇਸ ਸ਼ੈੱਡ ਦੀ ਲਾਗਤ ਸਰ ਇਹਦਾ ਰਕਬਾ ਜੇ ਕੋਈ 70x80 ਜੇ ਅੱਛਾ ਠੀਕ 70 ਚੁੜਾਈ ਜੇ ਤੇ 80 ਲੰਬਾਈ ਜੇ ਅੱਛਾ ਇਹ ਤੇ ਅਸੀਂ ਲਾਇਆ ਸੀ ਕੋਈ 12 ਲੱਖ ਰੁਪਿਆ ਦਾ 12 ਲੱਖ ਤੇ ਸਰ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਸ਼ੈੱਡ ਤੁਸੀਂ ਬਣਾਇਆ ਇਹ ਗਰਮੀਆਂ ਦੇ ਮੌਸਮ ਵਿੱਚ ਬੈਸਟ ਹੈ ਇਹ ਸਾਨੂੰ ਇੱਥੇ ਆ ਬਣਾਇਆ 3rd ਸਾਲ ਜੇ ਅੱਛਾ ਤੇ ਸਾਡੇ ਹਿਸਾਬ ਨਾਲ ਤੇ ਬਿਹਤਰੀਨ ਜੇ ਠੀਕ ਹੋ ਗਿਆ ਕਿਉਂਕਿ ਸਾਡਾ ਚਾਰੋਂ ਤਰਫ ਖੁੱਲਾ ਹੈ ਨਾ ਜੀ ਜੀ ਗਰਮੀਆਂ ਦੇ ਲੋਹੇ ਦੀ ਚਾਦਰ ਦਾ ਸੇਕ ਤੇ ਤਾਂ ਹੁੰਦਾ ਹੈ ਨਾ ਜਿਸ ਟਾਈਮ ਬੰਦ ਹੋਵੇ ਜੀ ਕਵਰ ਹੋਵੇ ਨਾ ਇੱਥੇ ਹਵਾ ਕ੍ਰਾਸ ਹੁੰਦੀ ਰਹਿੰਦੀ ਹੈ 24 ਘੰਟੇ ਨਾ ਤੇ ਉਹਦੇ ਥੱਲੇ ਕੋਈ ਗਰਮੀ ਨਹੀਂ ਅਸੀਂ ਗਰਮੀਆਂ ਦੇ ਇੱਥੇ ਚਰਪਾਈ ਸੌਂ ਛਾ ਕੇ ਬਹਿ ਜਾਂਦੇ ਹਾਂ ਤੇ ਬਿਹਤਰੀਨ ਟੈਂਪਰੇਚਰ ਹੁੰਦਾ ਜੀ ਜ਼ਬਰਦਸਤ ਅੱਛਾ ਸਰ ਅਗਰ ਦੁੱਧ ਦੇ ਲਿਹਾਜ਼ ਨਾਲ ਗੱਲ ਕੀਤੀ ਜਾਏ ਤੁਸੀਂ ਕੀ ਬਿਹਤਰ ਸਮਝਦੇ ਹੋ ਕਿ ਗਾਵਾਂ ਬੈਸਟ ਨਹੀਂ ਆ ਮੱਝਾਂ ਕਿਉਂਕਿ ਵੇਖੋ ਮੱਝਾਂ ਦੇ ਤੇ ਵਸਦਾ ਰੋਜ਼ ਨਹੀਂ ਕਿ ਦੁੱਧ ਪੂਰਾ ਕਰਨਾ ਅੱਛਾ ਦੁੱਧ ਗਾਵਾਂ ਹੀ ਕਰਦੀਆਂ ਨੇ ਪੂਰਾ ਪਹਿਲਾਂ ਕੋ ਬਸ ਬੰਦੇ ਕੋਲ ਜ਼ਰਾ ਆਪਣਾ ਹੋਵੇ ਨਾ ਸਿਸਟਮ ਸੇਲ ਕਰਨੇ ਦਾ ਜੀ ਗਾਵਾਂ ਸਾਰ ਨਾ ਵਧੀਆ ਜੀ ਮੱਝਾਂ ਦੇ ਨਹਰੇ ਬੜੇ ਨੇ ਗਾਵਾਂ ਨਹਰੇ ਕੋਈ ਨਹੀਂ ਆ ਜੀ ਠੀਕ ਹੋ ਗਿਆ ਸਰ ਅੱਛਾ ਸਰ ਕਿੰਨੀ ਅਰਸੇ ਤੋਂ ਤੁਸੀਂ ਫਾਰਮਿੰਗ ਕਰ ਰਹੇ ਹੋ ਅਸੀਂ ਇੱਥੇ ਦੇ ਆ ਜਿਹੜਾ ਹੁਣਾ ਅਸੀਂ ਇੱਥੇ ਬਾਹਰ ਆ ਕੇ ਫਾਰਮ ਬਣਾਇਆ ਹੈ ਤੇ ਸਾਨੂੰ ਆ 3 ਸਾਲ ਹੋ ਗਏ ਜੇ ਪਹਿਲਾਂ ਅਸੀਂ ਜਾਨਵਰ ਘਰ ਵੀ ਰੱਖੇ ਸਨ ਅੱਛਾ ਇਹ ਸ਼ਹਿਰ ਦੇ ਸ਼ੇਨ ਚੌਕ ਦੇ ਨਾਲ ਨਾ ਜੀ ਜੀ ਉੱਥੇ ਵੀ ਅਸੀਂ ਇੱਕ ਫਾਰਮ ਬਣਾਇਆ ਛੋਟਾ ਜਿਹਾ ਪੂਰਾ ਜਿਹਾ ਅੱਛਾ ਠੀਕ ਹੋ ਗਿਆ ਤੇ ਉੱਥੋਂ ਫਿਰ ਉੱਥੇ ਜਾਨਵਰ ਹੁਣ ਘਰ ਦੇ ਦੁੱਧ ਵੱਤੇ ਰੱਖੇ ਨੇ ਜੀ 4-5 ਉੱਥੇ ਰੱਖੇ ਨੇ ਬਾਕੀ ਇੱਧਰ ਜ਼ਿਆਦਾ ਇੱਧਰ ਲਾਉਂਦੇ ਨੇ ਕਾਫੀ ਅਰਸੇ ਤੋਂ ਫਾਰਮਿੰਗ ਕਰ ਰਹੇ ਹੋ ਤੁਹਾਨੂੰ ਇਸ ਅਰਸੇ ਦੇ ਦੌਰਾਨ ਕੋਈ ਮੁਸ਼ਕਲਾਂ ਪੈਦਾ ਹੋਈ ਹੋਵੇ ਮੁਸ਼ਕਲਾਂ ਕੋਈ ਐਸੀ ਕੋਈ ਖਾਸ ਨਹੀਂ ਹੈ ਉੱਥੇ ਅਸੀਂ ਬਸ ਹੋਣਾ ਹੈ ਅਸੀਂ ਇੱਧਰ ਤਾਂ ਆਏ ਹਾਂ
इधर पट्ठे दत्थे का मसला नहीं है, खुली अपनी जमीन लिया के जिन्ना मर्जी तुम पाओ। तो मुश्किल तो यही है बस थोड़ा जा बीमारियों की वजह तो डॉक्टर जरा अच्छा जरा कोई गाइड शाइड नहीं करते या गवर्नमेंट की वजह तो है जो वैक्सीन जी टाइम नाल नहीं ना पहुँचती जी वजह तो है बस वो मुश्किल है जो मोखर दे आई है वबा आई है तो वैक्सीन पहल आ जाए या गलगोटू या जी कोई बीमारियां कोई मेन मेन ने वैक्सीन टाइम ना आ जाए तो फिर तो मे कोई एडा कोई मसला नहीं है। सर तुसी मेन मेन बीमारियां भी दसियां ने तुसी क्या इन्हां दी वैक्सीन अगर टाइम सिर आ जाए तो इन्हां दा इलाज जिहड़ा बर वक्त हो सकता है। तो सर वैक्सीन तो इलावा इन्हां बीमारियां दा कोई देसी इलाज भी तुसी करदे हो? देसी इलाज फिर कोई असीं आपू भी कोई थोड़ा बहुत इलम रखते हैं कर लैंदे कोई भाइयों को मशवरा लैके कोई डॉक्टर भी कोई ऐसे हैं कोई देसी जिन्हां नूं नुक्से पता ने अच्छे जी बेहतरीन वो करने असीं देसी भी करने। अच्छा सर चंद ऐसियां बीमारियां दसो जिन्हां दा तुसी देसी इलाज करदे हो? उद्दे चंदरी जे फिर मूँह सड़ी जे और बुखार वगैरह बात है। अच्छा सर जी चंदरी और मूँह खोर है इसका की देसी इलाज है थोड़ा सानू साढ़े जो देखने वाले ना उन्होंने डिटेल दे नाल दस दियो। चंदरी वास्ते तो असीं देंदे जे डालडा घ्यो जी कालियां मिर्चा पा के ना जी जी तो वह देने को दो तीन दिन सही है तो वह नाल ना कंट्रोल हो जाती है जी ठीक हो गया ठीक हो गया और जड़ियाँ भिखा शिका आदियाँ ना वो आनियाँ बंद हो जाए ने। अच्छा थन जरा जाया नहीं होंगे जी सही जी मझ या गां सूआ खराब कर देंदी है पहले तो दसो किस वजह तो होंगी है तो इसका इलाज की है? बस कोई मालकां दी कोई होंगी जो कोई कर सड़ते हैं कोई वादा घाटा या कोई जिकन मंडिया तो कोई लियाए जानवर चार जानवर लै भी और फिर गैस को दूरों आया गड्डिया छुचके छुचके ला के सू पे। अच्छा। जानवर का तो कसूर नहीं होंगे होंगे तो मालक का ही कोई उन्होंने कोई वादा घाटा किया है ता ही जी जी बेहतर है ਸੈਲੇਜ ਸਾਰੇ ਸੈਲੇਜ ਹੈ ਬਿਹਤਰ ਵਜ੍ਹਾ ਕੀ ਹੈ ਇਸ ਦੀ ਦੁੱਧ ਦੀ ਪੈਦਾਵਾਰ ਜ਼ਿਆਦਾ ਹੈ ਸੈਲੇਜ ਦੇਣੇ ਨਾਲ ਹੋਈ ਆ ਦੁੱਧ ਦੀ ਪੈਦਾਵਾਰ ਵੀ ਜ਼ਿਆਦਾ ਹੈ ਤੇ ਪਰ ਜਿਹੜਾ ਹਰਾ ਰੋਜ਼ ਵਧਣੇ ਵਾਲਾ ਕੰਮ ਹੈ ਨਾ ਜੀ ਉਹਦੇ ਲੇਬਰ ਇਸ਼ੂ ਬਹੁਤ ਜ਼ਿਆਦਾ ਹੈ ਠੀਕ ਹੋ ਗਿਆ ਉਹਦੇ ਨਾਲ ਜਿਹੜਾ ਨਾ ਬਿਮਾਰੀਆਂ ਜ਼ਿਆਦਾ ਪੈਂਦੀਆਂ ਨੇ ਖੁਸ਼ਕ ਚਾਰਾ ਜਿਹੜਾ ਨਾ ਸੈਲੇਜ ਜੀ ਜੀ ਇੱਕ ਤੇ ਉਹਦੇ ਛੱਲੀ ਤੁਸੀਂ ਵੇਚੀ ਕੁਤਰੀ ਹੋਵੇ ਵੱਡੇ ਦਾ ਵੰਡਾ ਤਾਕਤ ਉਹਦੇ ਵਿੱਚ ਪ੍ਰੋਟੀਨ ਜ਼ਿਆਦਾ ਹੈ ਹਰਾ ਚਾਰਾ ਜਿਹੜਾ ਨੁਕਸਾਨ ਦੇ ਜ਼ਿਆਦਾ ਜਾਨਵਰ ਵਾਸਤੇ। ਅੱਛਾ ਸਰ ਜਿਹੜਾ ਤੁਹਾਡਾ ਫਾਰਮ ਹੈ ਇਹ ਕਿੰਨੇ ਰਕਬੇ ਵਿੱਚ ਮੌਜੂਦ ਹੈ? ਇਹ ਸਰ 5 ਕਨਾਲ ਚ ਮੌਜੂਦ ਹੈ। ਤੇ ਸਰ ਆਪਣੇ ਫਾਰਮ ਵਾਸਤੇ ਤੁਸੀਂ ਕਿੰਨੇ ਮੁਲਾਜ਼ਮ ਰੱਖੇ ਹੈ ਨਾ? ਸਰ 2 ਮੁਲਾਜ਼ਮ ਨੇ ਸਾਡੇ ਕੋਲ ਜੀ। ਅੱਛਾ ਜੀ ਫੈਮਿਲੀ ਆਤੀ ਰਹਿੰਦੇ ਨੇ ਜੀ ਠੀਕ। ਅਗਰ ਸਰ ਤੁਹਾਡੇ ਕੋਲ ਪੁੱਛਿਆ ਜਾਏ 2 ਮੁਲਾਜ਼ਮਾਂ ਦਾ ਖਰਚਾ ਕੱਢ ਕੇ ਚਾਰੇ ਵਗੈਰਾ ਦਾ ਖਰਚਾ ਕੱਢ ਕੇ ਮੰਥਲੀ ਕਿੰਨੇ ਪੈਸੇ ਕਮਾ ਲੈਂਦੇ ਹੋ? ਅਸੀਂ ਕੋਈ ਐਡਾ ਕੋਈ ਹਿਸਾਬ ਤਾਂ ਨਹੀਂ ਜੇ ਕਦੀ ਕੀਤਾ ਹੈ। ਅੱਛਾ ਪਰ ਫਿਰ ਵੀ ਅਸੀਂ ਇਹਨਾਂ ਦੇ ਖਰਚੇ ਖੁਰਚੇ ਕੱਢ ਕੇ ਕੋਈ ਬਾਕੀ ਨਾਲ ਸਾਡੇ ਪਛੜੇ ਜਾਨਵਰ ਵੀ ਨੇ ਨਾ ਘਰ ਦੇ ਨਾਲ ਬੱਚੇ ਬੁੱਚੇ ਵੀ ਸਾਡੇ ਨੇ ਨਾਲ ਉਹ ਐ ਹੀ ਚਲਾਉਂਦੀਆਂ ਨੇ ਦੁੱਧ ਤੋਂ ਹੀ ਦੁੱਧ ਦਾ ਸਿਸਟਮ ਉਹਨਾਂ ਨੂੰ ਚਲਾਉਂਦਾ ਬੱਚਿਆਂ ਛੁੱਛਿਆਂ ਨੂੰ ਸਾਰਿਆਂ ਦਾ ਉਹਨਾਂ ਦੇ ਅਖਰਾਜਾਤ ਕੱਢਦਾ ਸਮਝੋ ਕਿ 2 ਲੱਖ ਰੁਪਿਆ ਮੰਥਲੀ ਜਿਹੜਾ ਨਾ ਜੀ ਬਚਾ ਲੈਂਦੇ ਆ ਵਿੱਚੋਂ ਕੋਈ ਉਹਨਾਂ ਦੇ ਅਖਰਾਜਾਤ ਇਹ ਪੈ ਜਾਂਦੇ ਨੇ ਬੱਚਿਆਂ ਬੁੱਚਿਆਂ ਦੇ ਸਾਰਾ ਜੀ ਮਾਸ਼ਾਅੱਲਾ ਜ਼ਬਰਦਸਤ। ਅੱਛਾ ਸਰ ਲਾਸਟ ਦੇ ਵਿੱਚ ਤੁਹਾਡੇ ਕੋਲ ਇੱਕ ਗੱਲ ਪੁੱਛਾਂਗੇ ਉਹਨਾਂ ਡਿਟੇਲ ਦੇ ਨਾਲ ਸਾਨੂੰ ਜਵਾਬ ਦੇਣਾ ਸਰ ਜਿਹੜੇ ਨਵੇਂ ਬੰਦੇ ਇਹ ਕੰਮ ਕਰਨਾ ਚਾਹੁੰਦੇ ਨਾ ਉਹ ਨੁਕਸਾਨ ਤੋਂ ਬਚਣ ਫਾਇਦਾ ਹਾਸਲ ਕਰਨ ਉਹਨਾਂ ਨੂੰ ਉਹ ਤਰੀਕਾ ਦੱਸੋ ਕਿ ਜਿਸ ਤੋਂ ਉਹ ਫਾਇਦਾ ਹਾਸਲ ਕਰ ਸਕਣ। ਠੀਕ ਹੈ ਉਹ ਸਰ ਨੁਕਸਾਨ ਤੋਂ ਬਚਣ ਵਾਸਤੇ ਨਵੇਂ ਬੰਦੇ ਵਾਸਤੇ ਹੈ ਨਾ ਇਹ ਪਹਿਲਾਂ ਤਾਂ ਥੋੜ੍ਹਾ ਬਹੁਤਾ ਇਲਮ ਰੱਖੇ ਅਤੇ ਕੰਮ ਸ਼ੁਰੂ ਕਰੇ ਹਨ ਜੀ ਜੀ ਜਿਹਨੂੰ ਬਿਲਕੁਲ ਪਤਾ ਨਹੀਂ ਨਾ ਜਿਹਨੇ ਸੂਟ ਬੂਟ ਪਾ ਕੇ ਆ ਕੇ ਬਹਿ ਰਹਿਣਾ ਜੀ ਅਤੇ ਉਹਨੇ ਨੁਕਸਾਨ ਹੀ ਕਰਨਾ। ਠੀਕ ਹੋ ਗਿਆ ਜਿਹਨੇ ਨਾਲ ਕੋਈ ਹੱਥ ਥੋੜੇ ਭੰਨਣੇ ਨੇ ਫਿਰ ਉਹਨੇ ਬਚਾ ਲੈਣੇ ਜਾਨਵਰ ਆਪਣੇ ਜੀ ਜ਼ਬਰਦਸਤ। ਸਾਨੂੰ ਇਹ ਦੱਸੋ ਕਿ ਜਾਨਵਰ ਖਰੀਦਣੇ ਤੋਂ ਪਹਿਲੇ ਕਿੰਨਾਂ ਚੀਜ਼ਾਂ ਨੂੰ ਦੇਖਣਾ ਚਾਹੀਦਾ? ਸਰ ਵੇਖੋ ਜਾਨਵਰ ਖਰੀਦਣ ਤੋਂ ਪਹਿਲਾਂ ਜਾਨਵਰ ਦੀ ਨਸਲ ਵੇਖੋ ਉਹਦੀ ਉਮਰ ਵੇਖੋ ਅੱਛਾ ਉਹਦਾ ਹਵਾਨਾ ਵੇਖੋ ਜੇ ਦੁੱਧ ਵਾਲਾ ਲੈ ਰਹੇ ਹੋ ਤੇ ਉਹਦਾ ਹਵਾਨਾ ਵੇਖੋ ਥਣ ਵੇਖੋ ਜੀ ਠੀਕ ਵੇਖੋ ਗਾਵਾਂ ਤੇ ਵੇਖੋ ਲੈਣੀਆਂ ਚਾਹੀਦੀਆਂ ਲੰਮੀਆਂ ਪਹਿਲੇ ਦੂਜੇ ਸੂਏ ਲੈਣੀ ਚਾਹੀਦੀ ਜੀ ਠੀਕ ਹੋ ਗਿਆ ਤੇ ਇਹਨਾਂ ਦੀਆਂ ਹੀ ਮੇਨ ਚੀਜ਼ਾਂ ਹੁੰਦੀਆਂ ਨੇ। ਅੱਛਾ ਸਰ ਤੁਸੀਂ ਮੱਝ ਦਾ ਸੂਆ ਜਾਂ ਗਾਂ ਦਾ ਸੂਆ ਲੈ ਕੇ ਉਸ ਤੋਂ ਬਾਅਦ
जिस टाइम पछड़ हो जाती है फरोख्त कर देंगे दे या अपने डेयरी फार्म में ही रखते हो? नहीं सर साढ़े तो वो ऐडा तो सिस्टम है नहीं जब पछड़ होकर बिल्कुल जाया करके तो वेच छड़िए। अच्छा हम गाव समझो बच्चिया घर दया तैयार हो रही जी गाव भी घर दया ने अगू टाइम को बन जाने जी जी अगो समझो सू ज्यादा उन्होंने का वेट करना नहीं पैदा ज्यादा सुकदियां नहीं है ठीक हो गया टाइम ना लगू उन्हों का सूबा से ले लें अगला जी जबरदस्त जी समझो कोई बीमार या कोई ऐसा कर गई या दुध की एवरेज नहीं पूरी कर जी माशाल्लाह जबरदस्त सर बहुत बहुत शुक्रिया तुसी अपना कीमती टाइम सानू दिता है।